ਬਟਾਲਾ ਤੋਂ ਸਨਸਨੀ ਕੇਸ ਖਬਰ ਸਾਹਮਣੇ ਆ ਰਹੀ ਹੈ। ਅੱਜ ਸਿਟੀ ਥਾਣੇ ਵਿੱਚੋਂ ਇੱਕ ਚੋਰੀ ਦੇ ਕੇਸ ਦੀ ਪੁੱਛਗਿੱਛ ਲਈ ਲਿਆਂਦਾ ਗਿਆ ਕਾਲੂ ਨਾਮਕ ਹੈਂਡੀਕੈਪ ਵਿਅਕਤੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਥਾਣਾ ਸਿਟੀ ਪੁਲਿਸ ਨੇ ਇਸ ਮਾਮਲੇ ਵਿੱਚ ਫਰਾਰ ਵਿਅਕਤੀ ਦੀ ਧਰਪਕੜ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਹਨ। ਇਸ ਸੰਬੰਧੀ ਥਾਣਾ ਸਿਟੀ ਦੇ SHO ਸੁਖੇਂਦਰ ਸਿੰਘ ਨੇ ਦੱਸਿਆ ਕਿ ਕਾਲੂ ਨਾਮਕ ਇੱਕ ਵਿਅਕਤੀ ਨੂੰ ਚੋਰੀ ਦੇ ਮਾਮਲੇ ਦੌਰਾਨ ਪੁੱਛਗਿੱਛ ਲਈ ਲਿਆਂਦਾ ਸੀ। ਇਸ ਦੌਰਾਨ ਕਾਲੂ ਜੋ ਇੱਕ ਲੱਤ ਤੋਂ ਹੈਂਡੀਕੈਪ ਸੀ ਬਾਥਰੂਮ ਦਾ ਬਹਾਨਾ ਕਰਕੇ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਫਰਾਰ ਆਰੋਪੀ ਦੀ ਧਰਪਕੜ ਲਈ ਮੁਲਾਜ਼ਮ ਭੇਜ ਦਿੱਤੇ ਗਏ ਹਨ। ਬਟਾਲਾ ਤੋਂ ਅਖਿਲ ਮਲਹੋਤਰਾ ਦੇ ਨਾਲ ਸੁਖਨਾਮ ਸਿੰਘ ਦੀ ਖਾਸ ਰਿਪੋਰਟ, ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼। ਦੋਸ਼ੀ ਨੇ ਪੁੱਛਗਿੱਛ ਲਈ ਉਂਝ ਚੱਕ ਦੀ ਬਣਾ ਦੇ ਉਹਨੂੰ ਲਿਆਂਦਾ ਸੀ ਅਤੇ ਉਹ ਬਾਥਰੂਮ ਜਾਣ ਲੱਗਾ, ਬਾਥਰੂਮ 'ਚੋਂ ਡਕਟੀ ਉਹ ਤੋਂ ਉੱਪਰ ਚੜ ਕੇ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ। ਕਿਸ ਦੀ ਅਣਗਹਿਲੀ ਗਿਣੀ ਜਾਂਦੀ ਹੈ? ਨਹੀਂ, ਅਣਗਹਿਲੀ ਇਹਦੇ ਵਿੱਚ ਬੇਸਿਕਲੀ ਤਾਂ ਕਿਸੇ ਦੀ ਵੀ ਨਹੀਂ। ਉਹ ਬਾਥਰੂਮ ਅੰਦਰ ਆ, ਉਹਦੇ ਦਰਵਾਜ਼ੇ 'ਤੇ ਮੁਲਾਜ਼ਮ ਲੱਗੇ ਸੀ। ਉਹ ਇੰਨੇ ਯੋਗਾ ਵੀ ਹੈ ਨਹੀਂ ਵੀ ਉੱਪਰ ਚੜ ਜੂਗਾ, ਪਰ ਉਹ ਅਸੀਂ ਜੱਜ ਕਰਦੇ ਹਾਂ ਕਿਉਂਕਿ ਹੈਂਡੀਕੈਪਟਡ ਹੈਗਾ ਸੀ ਉਹ, ਪਰ ਉਹ ਜਦੋਂ ਹੁਣ ਦਰਵਾਜ਼ੇ 'ਤੇ ਖੜ੍ਹੇ ਉਹਨਾਂ ਨੂੰ ਆਸ ਨਹੀਂ ਸੀ, ਉਹ ਵਿੱਚੋਂ ਦੀ ਚੜ੍ਹ ਕੇ ਤਾਂ ਉੱਪਰ ਭੱਜ ਗਿਆ। ਅਸੀਂ ਉਦੋਂ ਦੇ ਉਹਦੇ ਪਿੱਛੇ ਲੱਗੇ ਹਾਂ ਅਤੇ ਅਸੀਂ ਹੋਰ ਵੀ ਸੋਰਸ ਲਾਏ ਆ, ਅਸੀਂ ਉਹਨੂੰ ਕਰ ਲਵਾਂਗੇ ਅਰੈਸਟ। ਸਰ ਨਾਮ ਕੀ ਸੀ? ਨਾਮ ਕਾਲੂ। ਬਟਾਲੇ ਤੋਂ ਲੋਕ ਲਾਂਦਾ ਸੀ ਚੋਰੀ ਦਾ ਕੇਸ ਸੀ, ਉਹਦੇ ਵਿੱਚ ਪੁੱਛਗਿੱਛ ਕਰ ਰਹੀ। ਨਹੀਂ ਦਰਜ ਨਹੀਂ, ਇੱਕ ਚੋਰੀ ਹੋਈ ਸੀ ਉਹਦਾ ਕੇਸ ਦਰਜ ਅਜੇ ਨਹੀਂ ਹੋਇਆ, ਪਰ ਉਹਦੇ 'ਚ ਪੁੱਛਗਿੱਛ ਲਈ ਲੈ ਗਿਆ। ਉਹ ਹਜੇ ਵੈਰੀਫਾਈ ਨਹੀਂ ਕੀਤਾ, ਅਸੀਂ ਉਹ ਵੈਰੀਫਾਈ ਕਰਾਂਗੇ। ਸਰ ਚੋਰੀ ਪਰਸੋਂ ਚੌਥ ਹੋਈ ਜੀ, ਪਰਸੋਂ ਨਹੀਂ ਮਾਮਲਾ ਅਜੇ ਦਰਜ ਉਹਨਾਂ ਕਰਾਇਆ। ਨਾਮ ਕੀ ਹੈ ਜੀ? ਕਿੰਨੀ ਉਮਰ ਦਾ? ਉਮਰ 25 ਸਾਲ ਦਾ ਹੋਊਗਾ। ਨਾਮ ਨਾਮ ਕਾਲੂ। ਅਸੀਂ ਵੇਖਦੇ ਹਾਂ ਜੀ, ਕਰਦੇ ਹਾਂ ਵੈਰੀਫਾਈ, ਫਿਰ ਕਰਾਂਗੇ ਕੁਛ ਨਾ ਕੁਛ। ਜਿਵੇਂ ਇੱਧਰੋਂ ਭੱਜਿਆ ਵਾ ਰਸਤੇ ਕੋਈ ਮਿਸਹੈਪਨਿੰਗ ਹੁੰਦੀ, ਉਸ ਚੀਜ਼ ਦਾ ਜ਼ਿੰਮੇਵਾਰ ਕੌਣ ਹੋਏਗਾ? ਕਿਵੇਂ ਸ਼ਾਸਨ ਨੇ ਪੁੱਛੋ? ਕਿਵੇਂ ਜਿਸ ਤਰ੍ਹਾਂ ਤੁਸੀਂ ਇੱਥੇ ਪੁੱਛਗਿੱਛ ਲਈ ਲੈ ਕੇ ਆਏ ਹੋ, ਇੱਥੋਂ ਭੱਜ ਗਿਆ, ਇਨ ਕੇਸ ਰਸਤੇ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ, ਉਸ ਚੀਜ਼ ਦਾ ਜ਼ਿੰਮੇਵਾਰ ਕੌਣ? ਪੁਲਿਸ ਹੋਏਗੀ? ਕੋਈ ਨਹੀਂ, ਅਸੀਂ ਉਸ ਤੋਂ ਪਹਿਲਾਂ ਲੱਭ ਹੀ ਲਵਾਂਗੇ ਜੀ। ਮੈਂ ਸਰ ਵਿਦਆਊਟ FIR ਰਜਿਸਟਰ ਕਰਨ ਤੋਂ ਬਿਨਾਂ ਇਹਨੂੰ ਕਸਟਡੀ 'ਚ ਲੈ ਸਕਦੇ ਹੋ? ਅਸੀਂ ਤਾਂ ਵੈਸੇ ਪੁੱਛਗਿੱਛ ਲਈ ਆਏ ਹਾਂ ਜੀ। ਇਹ ਤਾਂ ਸਰ 3 ਦਿਨ ਹੋ ਗਏ ਹੁਣ ਤੱਕ ਮਾਮਲਾ ਮੇਰੀ ਦਰਜ ਹੋਇਆ, ਮਾਮਲਾ ਅਗਲੇ ਨੇ ਕਰਾਇਆ ਹੀ ਨਹੀਂ ਦਰਜ, ਅਸੀਂ ਕੀ ਕਰ ਸਕਦੇ? ਇੱਕ ਤੁਸੀਂ ਕਹਿ ਰਹੇ ਹੋ ਹੈਂਡੀਕੈਪ ਆ, ਇਹਦਾ ਮਤਲਬ ਹੈ ਪੁਲਿਸ ਢਿੱਲੀ ਆ ਕਿ ਜਾਂ ਉਹ ਜ਼ਿਆਦਾ ਛਾਤਰ ਸੀ ਕਿ ਜਿਹੜਾ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਇਹਦੀ ਪੁਲਿਸ ਦੀ ਭੱਜ ਗਿਆ, ਫਰਾਰ ਹੋ ਗਿਆ? ਪੁਲਿਸ ਤਾਂ ਪੁਲਿਸ ਵੀ ਠੀਕ ਆ ਆਪਣੀ ਥਾਂ, ਪਰ ਮੁਲਜ਼ਮ ਵੀ ਛਾਤਰ ਹੀ ਹੁੰਦੇ ਨੇ, ਮੁਲਜ਼ਮ ਤੁਹਾਨੂੰ ਪਤਾ ਹੀ ਹੈ। ਤਾਂ ਪੁਲਿਸ ਦੀ ਇੰਨੀ ਢਿੱਲੀ ਕਾਰਵਾਈ ਕਿ ਇੱਕ ਹੈਂਡੀਕੈਪ ਬੰਦਾ ਉਹਦੇ ਕੋਲੋਂ ਫਰਾਰ ਹੋ ਗਿਆ? ਉਹ ਸਾਹਮਣੇ ਹੋਣੀ ਨਾ ਫਰਾਰ ਹੈ, ਗੱਲ ਤਾਂ ਉਹ ਹੀ ਨਾ ਵੀ ਹੁਣ ਜੇ ਤੁਸੀਂ ਵੇਖੋਗੇ ਉਹ ਜਗ੍ਹਾ ਹੀ ਇਸ ਤਰ੍ਹਾਂ ਦੀ ਆ, ਚੋਰੀ ਕਾਹਦੀ ਹੋਈ ਸੀ? ਘਰ 'ਚੋਂ ਹੀ ਚੋਰੀ।
ਸਰ ਇੱਕ ਆਪਾਂ ਕਹਿ ਰਹੇ ਕੋਈ ਮਾਮਲਾ ਦਰਜ ਨਹੀਂ ਹੈ ਔਰ ਮੁਜਰਿਮ ਆਪਾਂ ਕਹਿ ਰਹੇ ਹਾਂ, ਕੋਈ ਮਾਮਲਾ ਦਰਜ ਨਹੀਂ, ਪੁੱਛਗਿੱਛ ਵਾਸਤੇ ਆਪਾਂ ਲਿਆਏ ਹੋਏ ਇਨਸਾਨ ਨੂੰ ਆਪਾਂ ਮੁਜਰਿਮ ਕਹਿ ਸਕਦੇ ਹਾਂ? ਮੁਜਰਿਮ ਕਿਹਾ ਹੀ ਨਹੀਂ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।